ਆ ਜਾਓ ਪੁੱਛਦੇ ਆ ਬੇਬੇ ਜੀ ਤੋਂ ਡਿਟੇਲ। ਹਾਂਜੀ ਬੇਬੇ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਾਪਾ। ਨਾਮ ਤੇ ਐਡਰੈਸ ਬੋਲ ਦਿਓ ਜੀ ਆਪਣਾ। ਮਨਪ੍ਰੀਤ ਸਿੰਘ ਗੱਲਕੋਠੀ ਪਿੰਡ। ਠੀਕ ਆ ਬੇਬੇ। ਸੈਣਾ ਨੇੜੇ ਤੇ ਠੀਕ ਆ। ਪੱਕੋ ਕੰਚੀਆਂ। ਠੀਕ ਆ ਬੇਬੇ। ਭਗਤੀ ਵਾਲੇ ਰੋਡ ਦੇ ਉੱਤੇ। ਠੀਕ ਆ ਬੇਬੇ। ਮੋਬਾਈਲ ਨੰਬਰ ਬੋਲ ਦਿਓ ਬੇਬੇ। 78 98 352। ਠੀਕ ਆ ਬੇਬੇ। ਬੇਬੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੈਡ ਦੇਖ ਰਹੇ ਆ, ਕਿਹੜਾ ਸੂਆ ਸੂਈ ਆ ਬੇਬੇ? ਇਹ ਦੂਜਾ ਸੂਆ ਸੂਈ ਆ ਪਤਾ। ਕਦੋਂ ਸੂਈ ਆ ਬੇਬੇ? ਇਹ ਰਾਤੀ ਸੂਈ ਆ ਪਤਾ। ਠੀਕ ਆ। ਕਿੰਨਾ ਕ ਬੋਲਾ ਕੱਢਿਆ? 3 ਕਿਲੋ ਕੱਢਿਆ ਸੁੱਧੇ ਬੱਸੀ। ਠੀਕ ਆ ਬੇਬੇ। ਬੱਚਾ ਬੱਸੀ ਦਿੱਤੀ ਆ? ਹਾਂ ਬੱਸੀ ਦਿੱਤੀ। ਬੱਸੀ ਬਹੁਤ ਪਿਆਰੀ ਦਿੱਤੀ ਆ। ਹਾਂ ਬਹੁਤ ਬੱਸੀ ਬਹੁਤ ਚੰਗੀ ਬੱਸੀ ਆ ਬੇਬੇ। ਹਾਂ ਬਾਕੀ ਕੱਦ ਬੈਡ ਚੰਗਾ ਵਧੀਆ ਹੈਗੀ ਹਨਾ। ਹਾਂ ਦੁੱਧ ਪਾ ਦੂ ਬੁੱਤ 14-15 ਲੀਟਰ। ਠੀਕ ਆ ਬੇਬੇ। ਪਿਛਲੇ ਸੂਏ ਕਿੰਨਾ ਕ ਪਾਇਆ ਬੇਬੇ? 15 ਲੀਟਰ ਪਾਇਆ ਪਤਾ। ਠੀਕ ਆ ਬੇਬੇ। ਖੋਲ ਲਵੇ ਬੇ ਖੋਲ ਕੇ। ਆਪਾਂ ਤਾਂ 15 ਹੀ ਹੁਣ ਕਹਾਂਗੇ ਪਤਾ। ਠੀਕ ਆ ਬੇਬੇ। ਅੱਡਰ ਅੱਡਰ ਬਹੁਤ ਕਮਾਲ ਦਾ, ਨੇੜੇ ਦਾ ਚੱਕਰ ਵਾ ਦਿੰਨੇ ਆ। ਪੂਰੀ ਵਿੱਥੀ ਦਾ ਥਾਣਾ, ਕੱਲਾ ਕੱਲਾ ਥਾਣਾ ਨਿਖੜ ਮਾ। ਬਾਕੀ ਚੰਗੀ ਆ ਬੇਬੇ, ਕਹਿੰਦੀ ਦੁੱਧ ਪਾ ਦੂਗੀ 14 ਲੀਟਰ ਹਨਾ ਬੇਬੇ? ਹਾਂ ਬਤ 15। ਠੀਕ ਆ ਬੇਬੇ। ਬੇਬੇ ਕਹਿੰਦੀ 14-15 ਲੀਟਰ ਦੁੱਧ ਪਾ ਦੂ। ਬਾਕੀ ਬੋਦੀ ਬਾਦੀ ਦੀ ਚੰਗੀ ਆ, ਚੰਗੀ ਆ। ਬਾਕੀ ਗਰਮੀ ਗੁਰਮੀ ਘੱਟ ਮੰਨਦੀਆਂ, ਫੈਟ ਫੂਟ ਚੰਗੀ ਆਉਂਦੀ ਆ। ਮੋੜ ਲਓ ਬੇਬੇ, ਕੋਈ ਗੱਲ ਨੀ ਬੇਬੇ। ਮੁੱਲ ਕੀ ਰੱਖਿਆ ਜਾਇਆ ਜਾ? 50,000 ਆ ਪਤਾ। ਠੀਕ ਆ। ਮਾਨ ਤਾਨ ਹੋ ਜੂਗਾ? ਮਾਨ ਤਾਨ ਕਰ ਦਾਂਗੇ ਪਤਾ। ਠੀਕ ਆ ਬੇਬੇ। ਹਾਂ ਬੇਬੇ ਕਹਿੰਦੀ ਮਾਨ ਤਾਨ ਹੋ ਜੂਗਾ। ਬਾਕੀ ਸਮੀ ਪਲੀ ਚੰਗੀ ਆ। ਹਾਂ ਅੱਗੇ ਬੇਬੇ 2 ਨੰਬਰ। ਇਹ ਵੀ ਦੂਜਾ ਸੂਆ ਸੂਣੀ ਆ ਪੁੱਤ। ਠੀਕ ਆ ਬੇਬੇ। ਕਿੰਨੇ ਦਿਨ ਬਾਕੀ ਆ ਬੇਬੇ? ਇਹ 8 ਦਿਨ ਲੈ ਜੂ ਬੇਟੇ। ਠੀਕ ਆ। ਕਿਹੜਾ ਸੂਆ ਸੂੰਦੀ ਆ ਇਹ? ਇਹ ਦੂਜਾ ਸੂਆ। ਠੀਕ ਆ। ਬਾਕੀ ਚੰਗੀ ਆ ਹਨਾ ਬੇਬੇ? ਬਲਟਲਾਂ ਬਹੁਤ ਪਈਆਂ ਹਜੇ। ਹਾਂ ਹਾਂ ਪੁੱਤ, 4 ਗੱਟੇ ਕੱਢ ਕੇ ਸੂਆ। ਸਹੀ ਗੱਲ ਆ ਬੇਬੇ। ਬਾਕੀ ਅੱਡਰ ਅੱਡਰ ਬਹੁਤ ਕਮਾਲ ਦਾ। ਸੀਲ ਆ ਪੁੱਤ, ਸੀਲ ਆ, ਜਮਾ ਨਹੀਂ ਕੁਛ ਨਹੀਂ ਕਹਿੰਦੀ। ਸਹੀ ਗੱਲ ਆ ਬੇਬੇ, ਸੀਲ ਬਹੁਤ ਆ। ਸਹੀ ਗੱਲ ਆ। ਖੋਲ ਲਵੇ ਬੇਬੇ, ਇਹਨੂੰ ਵੀ ਤੋਰ ਕੇ ਦਿਖਾ ਦਿਓ। ਬਾਕੀ ਅੱਡਰ ਨੇੜੇ ਤੋਂ ਚੱਕਰ ਵਾ ਦਿੰਦੇ ਆ। ਬਹੁਤ ਚੰਗਾ, ਕੱਲਾ ਕੱਲਾ ਥਾਣਾ, ਪੂਰਾ ਨਿਖੜਵਾ ਤੇ ਪੂਰੀ ਵਿੱਥੀ ਤੇ ਆ। ਨਾ ਗਰਮੀ ਮੰਨਣਾ, ਨਾ ਫੈੜ ਵਧੀਆ ਆਉਂਦੀ ਹੈ ਨਾ। ਸਹੀ ਗੱਲ ਆ ਬੇਬੇ। ਬਾਕੀ ਇਹਨੇ ਕਿੰਨਾ ਕੁ ਦੁੱਧ ਪਾਇਆ ਬੇਬੇ ਪਿਛਲੇ? ਇਹਨੇ ਵੀ 14-15 ਲੀਟਰ ਪਾਇਆ ਪਤਾ। ਠੀਕ ਆ ਬੇਬੇ। ਹਾਂ ਮੋੜ ਲਓ ਬੇਬੇ, ਕੋਈ ਗੱਲ ਨੀ। ਇਹ ਥੋੜੀ ਜਿਹੀ ਵੀ ਚੱਲ ਹਜੇ ਕੱਚੀ ਆ, ਥੋੜੀ ਜਿਹੀ ਇਹ ਵੀ ਚੱਲ ਉਹ ਜੇ ਸਾਹਿਬ ਦਾ ਮੁੱਲ ਕਰਾਂਗੇ ਆਪਾਂ। ਸਹੀ ਗੱਲ ਆ ਬੇਬੇ। ਹਾਂ ਕੀ ਮੁੱਲ ਰੱਖਿਆ ਬੇਬੇ ਜਾਇਆ ਜਾਇਦਾ? ਇਹਦਾ ਹੈਗਾ 48,000 ਪਤਾ। ਠੀਕ ਆ ਬੇ। ਮਾਨ ਤਾਨ ਹੋ ਜੂ ਮੌਕੇ ਤੇ? ਮਾਨ ਤਾਨ ਕਰ ਦਾਂਗੇ ਪੁੱਤ, ਜੇ ਜੋੜਾ ਲਿਜਾਣਾ ਤਾਂ ਉਹ ਜਿਹਾ ਕਰ ਦਾਂਗੇ। ਠੀਕ ਆ ਬੇਬੇ। ਕਹਿੰਦੀ ਜੇ ਕੋਈ ਜੋੜਾ ਲਊਗਾ ਤਾਂ ਉਹ ਜਿਹਾ ਕਰ ਦਿਆਂਗੇ, ਕੱਲੀ ਦਾ ਉਹ ਜਿਹਾ ਹੋ ਜੂਗਾ ਮਾਨ ਤਾਨ। ਹਾਂ ਅੱਗੇ ਬੇਬੇ 3 ਨੰਬਰ। ਇਹ ਕਿਹੜਾ ਸੂਆ ਸੁਣਦੀ ਆ ਬੇਬੇ? ਇਹ ਵੀ ਦੂਜਾ ਸੂਆ ਪੁੱਤ। ਠੀਕ ਆ ਬੇਬੇ। ਕਿੰਨੇ ਕੁ ਦਿਨ ਬਾਕੀ ਆ ਇਹਦੇ? ਇਹ ਤਾਂ 4 ਕੁ ਦਿਨ ਲੂ ਬੇਟੇ। ਠੀਕ ਆ। ਕਿੰਨਾ ਕੁ ਦੁੱਧ ਪਾਇਆ ਬੇਬੇ ਪਿਛਲੇ ਸੂਏ? ਦੁੱਧ ਇਹਨੇ 16 ਲੀਟਰ ਪਾਇਆ ਬੇਟੇ। ਠੀਕ ਆ ਬੇਬੇ। ਹੈਗੀ ਸੀ ਹੈਗਾ 18 ਦੀ ਮੇਜ਼ ਦੇ ਜੀ। ਅੱਡਰ ਬਹੁਤ ਕਮਾਲ ਦਾ ਬੇਬੇ ਹਨਾ, ਕੱਲਾ ਕੱਲਾ ਕਾਠ ਬਹੁਤ ਆ ਇਹਦਾ। ਸਹੀ ਗੱਲ ਆ ਬੇਬੇ, ਕੱਦ ਕਾਠ ਬਹੁਤ ਆ। ਬਾਕੀ ਗਰਮੀ ਗਰਮੀ ਮੰਨਦੀ, ਕਰਮਾਂ ਦੇ ਸਿੰਘ ਹੈਗੇ ਆ ਨਾ ਮਾੜੇ ਮਾੜੇ? ਹਾਂ ਸਿੰਘ ਹੈਗੇ ਨੇ ਪੁੱਤ ਮਾੜੇ ਮਾੜੇ। ਠੀਕ ਆ ਬੇਬੇ। ਬਾਕੀ ਅੱਡਰ ਉੱਡਰ ਬਹੁਤ ਕਮਾਲ ਦਾ, ਹਜੇ ਕੱਚੀ ਜ਼ਰੂਰ ਆ ਹਨਾ ਬੇਬੇ? ਹਾਂ 4 ਕੁ ਦਿਨ ਹੀ ਲਊ ਪੁੱਤ, 4-5 ਦਿਨ। ਸਹੀ ਗੱਲ ਆ। ਹਾਂ ਚੱਡਾ ਹੋਰ ਬਥੇਰਾ ਕੱਢੂ। ਸਹੀ ਗੱਲ ਆ। ਬਾਕੀ ਦਿਨ ਰਾਤ ਦਾ ਪੱਟਾ ਪੈ ਜਾਂਦਾ, ਚੱਡਾ ਹੋਰ ਵੀ ਬਹੁਤ ਵਧੀਆ ਚੰਗਾ ਤਿਆਰ ਕਰੂਗੀ ਹਜੇ ਇਹ, ਹਜੇ ਕੱਚੀ ਆ। ਮੋੜ ਲਓ ਬੇਬੇ, ਕੋਈ ਗੱਲ ਨੀ। ਬਾਕੀ ਕੱਦ ਬੈਡ ਵੀ ਚੰਗਾ, ਫੈਟ ਫੂਟ ਵੀ ਚੰਗੀ ਆਉਂਦੀ ਹੈਗੀ, ਪੱਧਰ ਆ ਗਈ, ਕਿਸੇ ਪਾਸੋਂ ਕਮਜ਼ੋਰ ਨਹੀਂ ਹੈਗੀ। ਸਾਰੀਆਂ ਕਿੰਨਾ ਕੁ ਦੁੱਧ ਪਾ ਦੂ ਬੇਬੇ ਤੱਕ? 18 ਕਿਲੋ ਦੀ ਮੇਜ਼ ਦਾ ਪੁੱਤ। ਠੀਕ ਆ ਬੇਬੇ। ਹਾਂ ਕੱਦ ਬੈਡ ਸਾਰੀਆਂ ਗਾਈਆਂ ਨਾਲ ਉੱਚਾ ਇਹਦਾ। ਸਹੀ ਗੱਲ ਆ ਬੇਬੇ। ਕੀ ਮੁੱਲ ਰਹੂ ਬੇਬੇ ਜਾਇਆ ਜਾਇਦਾ? ਇਹਦਾ 56,000। ਠੀਕ ਆ ਬੇਬੇ। ਮਾਨ ਤਾਨ ਹੋ ਜੂ? ਹਾਂ ਮਾਨ ਤਾਨ ਕਰ ਦਾਂਗੇ। ਠੀਕ ਆ ਬੇਬੇ। ਆਪਾਂ ਨਗ ਤੁਹਾਨੂੰ ਤਿੰਨੋਂ ਹੀ ਦਿਖਾਤੇ, ਤਿੰਨਾਂ ਨਗਾਂ ਚੋਂ ਕੋਈ ਵੀ ਨਗ ਪਸੰਦ ਆਵੇ ਕਿਸੇ ਵੀ ਵੀਰ ਦੇ ਤਾਂ ਬਾਈ ਨਾਲ ਕੰਟੈਕਟ ਕਰਕੇ ਨਗਾਂ ਨੂੰ ਖਰੀਦ ਸਕਦਾ। ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ।